ਪੰਜਾਬੀ 뮤직 ਇੰਡਸਟਰੀ ਦੇ ਕਈ ਗਾਇਕ ਆਪਣੇ ਵਿਵਾਦਾਂ ਕਰਕੇ ਅਕਸਰ ਹੀ ਚਰਚਾ ਵਿੱਚ ਰਹਿੰਦੇ ਨੇ ਜਿਨ੍ਹਾਂ ਵਿੱਚ ਕਿ ਇੱਕ ਨਾਂ ਆਉਂਦਾ ਐਲੀ ਮਾਂਗੜ ਦਾ। ਦੱਸ ਦਈਏ ਐਲੀ ਮਾਂਗੜ ਦਾ ਸਭ ਤੋਂ ਵੱਡਾ ਮਾਮਲਾ ਜੋ ਕਿ ਸੀ ਪੰਜਾਬੀ ਗਾਇਕ ਰੰਮੀ ਰੰਧਾਵਾ, ਪ੍ਰਿੰਸ ਰੰਧਾਵਾ ਤੇ ਪੰਜਾਬ ਪੁਲਿਸ ਦੇ ਨਾਲ, ਜੋ ਕਿ ਅਜੇ ਪੂਰੀ ਤਰ੍ਹਾਂ ਸ਼ਾਂਤ ਨਹੀਂ ਹੋਇਆ ਸੀ ਕਿ ਇਸੇ ਦੇ ਚੱਲਦਿਆਂ ਐਲੀ ਮਾਂਗੜ ਹੁਣ ਇੱਕ ਵੱਡੀ ਮੁਸੀਬਤ ਵਿੱਚ ਫਸ ਗਏ ਹਨ। ਦੱਸ ਦਈਏ ਹਾਲ ਹੀ ਵਿੱਚ ਐਲੀ ਮਾਂਗੜ ਬਾਰੇ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ। ਸੂਤਰਾਂ ਅਨੁਸਾਰ ਐਲੀ ਮਾਂਗੜ ਤੇ ਆਰਮਸ ਐਕਟ ਅਧੀਨ ਧਾਰਾ 336, 109, 34 IPC 25 ਤੇ 27 ਲਈ ਲੁਧਿਆਣਾ ਪੁਲਿਸ ਵੱਲੋਂ FIR ਦਰਜ ਕੀਤੀ ਗਈ ਹੈ ਤੇ ਇਸ FIR ਵਿੱਚ ਐਲੀ ਮਾਂਗੜ ਦੇ ਨਾਲ ਦੋ ਜਣਿਆਂ ਦੇ ਨਾਂ ਹੋਰ ਦਰਜ ਨੇ, ਜਿਨ੍ਹਾਂ ਵਿੱਚੋਂ ਕਿ ਇੱਕ ਜਣੇ ਨੂੰ ਤਾਂ ਅਰੈਸਟ ਵੀ ਕਰ ਲਿਆ ਗਿਆ। ਦੱਸ ਦਈਏ ਇਸ FIR ਦਾ ਕਾਰਨ ਬਣੀ ਐਲੀ ਮਾਂਗੜ ਦੀ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਇੱਕ ਵੀਡੀਓ, ਜਿਸ ਵਿੱਚ ਕਿ ਐਲੀ ਮਾਂਗੜ ਆਪਣੇ ਇੱਕ ਦੋਸਤ ਦੀ ਬਰਥਡੇ ਪਾਰਟੀ ਵਿੱਚ ਫਾਇਰਿੰਗ ਕਰਦੇ ਹੋਏ ਦਿਖਾਈ ਦੇ ਰਹੇ ਨੇ, ਜਿਸ ਕਰਕੇ ਐਲੀ ਮਾਂਗੜ ਖਿਲਾਫ ਪੁਲਿਸ ਵੱਲੋਂ ਮੁਕੱਦਮਾ ਦਰਜ ਕਰ ਲਿਆ ਗਿਆ ਤੇ ਜਦੋਂ ਐਲੀ ਮਾਂਗੜ ਨੂੰ ਅਰੈਸਟ ਕਰਨ ਲਈ ਉਹਨਾਂ ਦੇ ਪਿੰਡ ਜਾ ਕੇ ਪੁਲਿਸ ਨੇ ਛਾਪਾ ਮਾਰਿਆ ਤਾਂ ਐਲੀ ਮਾਂਗੜ ਤੇ ਉਹਨਾਂ ਦੇ ਦੋਸਤ ਉੱਥੋਂ ਫਰਾਰ ਮਿਲੇ, ਜਿਸ ਕਰਕੇ ਪੁਲਿਸ ਦੀ ਭਾਲ ਅਜੇ ਵੀ ਜਾਰੀ ਹੈ। ਜਿਸ ਬਾਰੇ ਲੁਧਿਆਣਾ ਪੁਲਿਸ ਦੇ ACP ਜਸ਼ਨਦੀਪ ਸਿੰਘ ਨੇ ਇੱਕ ਨਿੱਜੀ ਚੈਨਲ ਨੂੰ ਗੱਲਬਾਤ ਕਰਦਿਆਂ ਹੋਇਆ ਦੱਸਿਆ। ਸੋ ਹੁਣ ਤੁਹਾਡਾ ਕੀ ਕਹਿਣਾ ਇਸ ਵੀਡੀਓ ਨੂੰ ਦੇਖ ਐਲੀ ਮਾਂਗੜ ਬਾਰੇ? ਵੀਡੀਓ ਥੱਲੇ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਹੋਰ ਨਵੇਂ ਅਪਡੇਟਸ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈੱਲ ਆਈਕਨ 'ਤੇ ਵੀ ਕਲਿੱਕ ਕਰ ਲਓ। ਬਿਊਰੋ ਰਿਪੋਰਟ, ਚੈਨਲ ਸਤਰੰਗ। ਫੋਰ ਮੋਰ ਅਪਡੇਟਸ ਸਬਸਕ੍ਰਾਈਬ ਚੈਨਲ ਸਤਰੰਗ.com।